Subscribe to our YouTube channel. Press the bell icon to get the latest updates. ਪਿੰਡੇ ਚ ਡੰਡਾ ਲਾਤਾ ਤੇ ਅਸੀਂ ਕਹਿ ਦਿੱਤਾ ਅਨਾਉਂਸਮੈਂਟ ਕੱਲ ਦੀ ਚੱਲੀ ਤੁਰੀ ਜਾਂਦੀ ਹੈ ਵੀ ਲੜਾਈ ਮਾਫੀਏ ਨਾਲ ਐਦ ਕੀ ਜਾਂ ਤੇ ਪੰਜਾਬ ਰਹੂ ਜਾਂ ਇਹ ਮਾਫੀਆ ਰਹੂ ਤੇ ਮਾਫੀਏ ਦਾ ਸਰਗਨਾ ਬਾਜ਼ਾਰ ਜਾਓ ਨਾ ਬਾਜ਼ਾਰ ਜਾਓ ਤੇ 2-in-1 ਮਿਲਦਾ ਹੈ 3-in-1 ਮਿਲਦਾ ਹੈ ਜਿਹੜਾ ਸਾਡੇ ਨਾਲ ਲੜਨ ਆਇਆ ਇਹ 1-in-1 ਮਾਫੀਆ ਆਲ-ਇਨ-1 ਮਾਫੀਆ मैं अज पंजाब नू वो सारे माफिया का पता है। मैं कल वाली गल्ला नहीं करनी नवीं जी जी सारे माफिया का पता है। लो पहली चीज है रेत माफिया जी थोड़ा जा साइड से एसटीएफ दी रिपोर्ट दे विच ए सी और ड्रग दे नाल भी ओदे लिंक इने 40 करोड़ रुपया 10 साल आपदे जीजू लई वालस तो रेंज रोवरा हो गई पता नहीं किनियां प्रॉपर्टियां बन गईयां की हो गया। नंबर 2 ਹੁੰਦਾ ਸ਼ਰਾਬ ਮਾਫੀਆ। ਲਓ ਜਾਓ ਪੰਜਾਬ ਦੇ ਵਿੱਚ ਕਿਸੇ ਨੂੰ ਪੁੱਛ ਲਓ 10 ਸਾਲ ਸ਼ਰਾਬ ਕਿਹਨੇ ਲਈ ਬਾਰ ਲੈ ਮੈਂ ਗਰੀਬ ਆਦਮੀ ਮੈਨੂੰ ਮਾਫ ਕਰ ਇਹ ਲੰਬੂ ਇਹ ਢੰਗਾ ਕਿ ਇਹ ਸ਼ਰਾਬ ਵੇਚਣ ਵਾਲਿਆਂ ਦਾ ਸਭ ਤੋਂ ਨੰਬਰ 1 ਬੰਦਾ ਸੀ ਕਿ ਨਹੀਂ ਸੀ ਬੱਤਕ ਜੀ ਹੈ ਇਹ ਸਭ ਤੋਂ ਵੱਡਾ ਜੀ ਲੰਬੀ ਢੌਣ ਕਰਕੇ ਇਹੀ ਕੱਟ ਕੱਟ ਵੇਚਦਾ ਮਾਸ਼ਾਅੱਲਾ ਤੇ ਓਏ ਲਲਕਰੇ ਉਲਕਰੇ ਮਾਰੀ ਮੇਰੇ ਕਿਸੇ ਵਰਕਰ ਨੂੰ ਕੱਢ ਦੂੰਗਾ ਧਰਤੀ 'ਚ ਯਾਦ ਰੱਖੀ ਮੇਰੀ ਗੱਲ ਇੱਥੇ ਬਦਮਾਸ਼ੀ ਨਹੀਂ ਚੱਲਣ ਦੇਣੀ ਸਰਦਾਰ ਨਵਜੋਤ ਸਿੰਘ ਉੱਪਰ ਜੀ ਕੀ ਕਰਦੇ ਪਏ ਨੇ ਫਰਕ कांग्रेस की सीट है सवाल है मित्रा याद रखी तू ललकरा मरिया ना इक दा जवाब पत्थर नाल देंगे ठोक के देंगे कौन कल वर्कर बहुत चले गए कल वर्कर बहुत गए है मैं किया ना जड़े जड़े धड़े सट्टे वाले ओही जानगे इहदे नाल जड़ा बंदा ईमान रखदा इहदे नाल किसे ने नहीं जाना फिर ढंगे नाल दूजा तू पहला मैं सैंड माफी दी गल जी सर फिर शराब माफी दी गल ਇਹਨੂੰ ਪੁੱਛੋ ਚਲੋ ਪੰਜਾਬ ਕਿਹਨੂੰ ਜਾਓ ਅੰਮ੍ਰਿਤਸਰ ਚ ਸਾਰੀ ਦੁਨੀਆ ਨੂੰ ਪੁੱਛੋ ਸ਼ਰਾਬ ਕੌਣ ਵੇਚਦਾ ਸੀ L1 ਦੇ ਲਾਇਸੈਂਸ ਕਿਹਦੇ ਕੋਲ ਸੀ ਕੌਣ ਕੁੱਟੀ ਕੁਆਲਸ ਚ ਆ ਕੇ ਇੰਨੇ ਪੈਸੇ ਕਮਾ ਗਿਆ ਕਿੱਦਾਂ ਕਮਾ ਗਿਆ ਨੰਬਰ 3 ਉਹ ਮਾਫੀਆ ਲੈਂਡ ਮਾਫੀਆ ਲਓ ਜਾਓ ਬਠਿੰਡੇ ਵਾਲਾ ਡੰਪ ਦੇਖੋ ਉੱਥੇ ਕਿੰਨੇ ਕਰੋੜ ਦੀ ਇਹਨੇ ਜ਼ਮੀਨ ਆਪਦੀ ਘਰ ਦੀ ਲਈ ਕਰੋੜ ਡੇਢ ਦੀ ਲਈ ਤੇ 5 ਕਰੋੜ ਦੀ ਵੇਚੀ ਇਹ ਐਡੇ ਭੁੱਖੜ ਬੰਦੇ ਨੇ ਭੁੱਖਾ ਰਾਜਦਾ ਪਰ ਭੁੱਖੜ ਨਹੀਂ ਰਾਜਦਾ ਇਹਨਾਂ ਦੀ ਇੰਨੀ ਭੁੱਖ ਹੈ ਮੈਂ ਕਦੇ ਸੋਚ ਵੀ ਨਹੀਂ ਸਕਦਾ ਇਹ ਤੀਜਾ ਮਾਫੀਆ ਚੌਥਾ ਮਾਫੀਆ ਮੈਂ ਕਦੇ ਸੋਚ ਵੀ ਨਹੀਂ ਸਕਦਾ ਸਾਰਾ ਫਰੇਮ ਤਾਂ ਦਾ ਮੋਟਾ ਹੁੰਦਾ ਭਾਈ ਜੀ ਬੰਦਾ ਕੋਈ ਪੋਲੀਟੀਸ਼ੀਅਨ ਭਾਈ ਪਰੀ ਮੋਟਾ ਲਾਈਵ ਚੱਲਦਾ ਪਿਆ ਪਲੀਜ਼ ਜੇ ਇੰਨਾ ਥੱਲੇ ਗਿਰ ਜੂਗਾ ਕਿ ਚਿੱਟਾ ਵੇਚਣ ਲੱਗ ਜੂਗਾ ਇੱਕ ਪੀੜੀ ਤਬਾਹ ਕਰ ਦੂ ਹੈ ਸੱਤਾ ਪਿੰਦੀ ਅਮਰਿੰਦਰ ਜਾਓ ਇਹਦਾ ਲੱਖ ਲੱਖ ਫੋਟੋ ਹੈ ਜਾਓ ਦੇਖੋ ਕਿ ਕੀ ਕਹਿੰਦੇ ਆ ਅੱਜ ਵੀ ਇਹ ਖਲੀਫਾ ਬੇਲ ਅਪਲਾਈ ਕੀਤੀ ਹੈ ਬਈ ਹੱਥ ਨਾ ਕਰੋ ਵੇ ਜੀ ਯਾਰ ਉਧਰ ਮੈਂ ਇਹਦੇ ਜਿਹੜੇ ਐਪਲੀਕੇਸ਼ਨ ਫਾਰਮ ਹੈ ਉਹਤੇ ਪੜ ਲਓ ਉਹਤੇ ਲਿਖਿਆ ਐਨਡੀਪੀਐਸ ਐਕਟ ਮੈਂ ਬੇਲ ਮੰਗੀ ਹੈ ਜੀ ਓਏ ਯਾਰ ਜੀ ਬੇਲ ਮੰਗੀ ਹੈ ਯਾਰ ਮਿੰਟ ਵਾਲਾ ਭਾਜੀ ਥੋੜਾ ਜਿਹਾ ਇੱਧਰ ਹੋ ਜਾਓ ਪਲੀਜ਼ ਹਾਤੀ ਵਿੱਚ ਵੜੀ ਚੌਥਾ ਮਾਫੀਆ ਉਹ ਚ ਸ਼ਾਮਲ ਪੰਜਵਾਂ ਮਾਫੀਆ ਭਾਜੀ ਲਾਈਵ ਚੱਲਦਾ ਪਿਆ ਵਾ ਇਹਦੇ ਵੱਡੇ ਭਾਈ ਇਹਦਾ ਇਹਦਾ ਨਾਮ ਸਭ ਪਾਸੇ ਜਿੱਥੇ ਦੇਖੋ ਜ਼ਮੀਨ ਦੱਬਦੀ ਜਿੱਥੇ ਦੇਖੋ ਜਿਹਨੂੰ ਵੀ ਤਾਂ ਫੇਰ ਲਵ ਸਭ ਤੋਂ ਵੱਡੀ ਚੀਜ਼ ਮੈਂ ਕਹਿੰਦਾ ਠੋਕ ਕੇ ਕਹਿੰਦਾ ਔਰ ਮੈਂ ਆਪਣੇ ਵਰਕਰਾਂ ਨੂੰ ਕਹਿੰਦਾ ਬੰਬ ਦੇਉਂ ਕੱਢ ਜਿਹਨੇ ਅੱਖ ਵੀ ਕੱਢੀ ਤੁਹਾਡੇ ਵਾਲਾ ਇਹ ਪਰਚਾ ਮਾਫੀਆ ਦੁਨੀਆ ਦਾ ਸਭ ਤੋਂ ਵੱਡਾ ਨਵਜੋਤ ਸਿੰਘ ਸਿੱਧੂ ਨੇ ਪੰਜਾਬ 'ਚ ਅੱਜ ਤੱਕ ਇੱਕ ਪਰਚਾ ਨਹੀਂ ਕਰਾਇਆ ਇਹਨੇ ਕਿਤੇ ਲੱਖ ਬੰਦਿਆਂ ਤੇ ਪਰਚਾ ਨਾ ਕਰਾਇਆ ਹੋਵੇ ਔਰ ਪਰਚਾ ਵੀ ਜਦੋਂ ਇਹ ਤਾਕਤ 'ਚ ਸੀ ਇਹ ਆਪਦੇ ਹਲਕੇ ਦੇ ਬੰਦੇ ਦੇ ਪਰਚਾ ਪਾਉਣਾ ਹੀ ਬਠਿੰਡੇ ਇਹਨੇ ਸੱਤਿਆਨਾਸ਼ ਕਰਤਾ ਲੋਕਾਂ ਦਾ ਜਿਹੜਾ ਕੇਬਲ ਮਾਫੀਆ ਉਹਦਾ ਇਹ ਪਿਓ ਹੈ ਉਹਦਾ ਇਹ ਭਾਈਆ ਬਾਪੂ ਹੈ
ਉਹ ਜਿਹੜਾ ਜੁਝਾਰ ਹੈ ਉਹ ਜੁਝਾਰ ਦੇ ਕਚਹਿਰੀਆਂ ਦੇ ਵਿੱਚ ਲੋਕਾਂ ਨੇ ਜ਼ਹਿਰ ਖਾ ਖਾ ਕੇ ਮੌਤਾਂ ਹੋਈਆਂ ਹਨ ਨਹੀਂ ਹੋਈਆਂ ਕਿਉਂ ਤੈਨੂੰ ਕਹਿ ਦੱਸ ਹੋਈਆਂ ਕਿ ਨਹੀਂ ਹੋਈਆਂ ਮੌਤਾਂ ਇਸ ਕਰਕੇ ਅੱਜ ਦੀ ਜਿਹੜੀ ਡੇਟ ਹੈ ਉਹਦੇ 'ਚ ਮੈਂ ਇੱਕ ਗੱਲ ਦੀ ਗਰੰਟੀ ਦਿੰਦਾ ਕਿ ਇਹ ਨੈਗੇਟਿਵਿਟੀ ਦੀ ਪ੍ਰਕਾਸ਼ਠਾ ਹੈ ਇਹ ਸ਼ਹਿਰ 'ਚ ਬਦਮਾਸ਼ੀ ਲੈ ਕੇ ਆਇਆ ਇਹਨਾਂ ਦਾ ਪਿੰਡਾਂ 'ਚੋਂ ਦਾਲ ਨਹੀਂ ਗਲਦੀ ਜਿਨ੍ਹਾਂ ਨੇ ਬੇਅਦਬੀ ਕਰਾਈ ਜਿਨ੍ਹਾਂ ਦੇ ਮੂੰਹ 'ਤੇ ਗੋਹੇ ਪਏ ਜਿਨ੍ਹਾਂ ਦੇ ਮੂੰਹ 'ਤੇ ਜੁੱਤੀਆਂ ਪਈਆਂ ਜਿਹੜੇ ਦੀਵਾਰਾਂ ਤੋੜ ਤੋੜ ਭੱਜੇ ਔਰ ਜਿਹਨੇ ਜਿਨ੍ਹਾਂ ਦੀਆਂ 45 ਸੀਟਾਂ ਤੋਂ 12 ਰਹਿ ਗਈਆਂ ਅੱਜ ਉਹ ਸ਼ਹਿਰਾਂ 'ਤੇ ਕਬਜ਼ਾ ਕਰਨ ਨੂੰ ਦੇਖਦੇ ਨਹੀਂ ਹੋਣਾ ਇਹਨਾਂ ਬਦਮਾਸ਼ਾਂ ਦੀ ਨਹੀਂ ਚੱਲਣ ਦੇਣੀ ਇਹਨਾਂ ਨੂੰ ਇੱਥੇ ਬਦਮਾਸ਼ੀ ਨਹੀਂ ਕਰਨ ਦੇਣੀ ਇਹ ਉਹ ਬਦਮਾਸ਼ ਨੇ ਜਿਨ੍ਹਾਂ ਨੇ ਗੈਂਗਸਟਰ ਪਾਲੇ ਇਹ ਉਹ ਬਦਮਾਸ਼ ਨੇ ਜਿਨ੍ਹਾਂ ਛਾਤੀਆਂ 'ਚ ਇੰਸਪੈਕਟਰਾਂ ਦੀਆਂ ਗੋਲੀਆਂ ਮਾਰੀਆਂ ਇਹੋ ਬਦਮਾਸ਼ ਨੇ ਜਿਨ੍ਹਾਂ ਨੇ ਪੈਟਰੋਲ ਪੰਪਾਂ ਤੋਂ ਤੇਲ ਪਵਾ ਕੇ ਗੱਡੀਆਂ ਭਜਾ ਲਈਆਂ ਇਹਨਾਂ ਉਹ ਲੋਕਾਂ ਨੂੰ ਪੰਜਾਬ ਦੇ ਲੋਕ ਬਿਲਕੁਲ ਪਸੰਦ ਨਹੀਂ ਕਰਦੇ ਔਰ ਸ਼ਹਿਰ ਦੇ ਵਿੱਚ ਇਹ ਪੱਕੀ ਗੱਲ ਹੈ ਸ਼ਹਿਰ ਜਾਣਦਾ ਹੈ ਕਿ ਕਾਂਗਰਸ ਇੱਕ ਮਜ਼ਬੂਤ ਔਰ ਸੁਰੱਖਿਅਤ ਸਰਕਾਰ ਦੇਵੇਗੀ ਅਮਨ ਅਮਾਨ ਦੇਵੇਗੀ ਬਿਜ਼ਨਸ ਦੇਵੇਗੀ ਇਹਨਾਂ ਵਾਂਗ ਨਹੀਂ ਕਿ ਬਿਜ਼ਨਸ ਖੋਣ ਵਾਲਿਆਂ ਨੂੰ ਬਦਮਾਸ਼ੀ ਕਰਨ ਦੇਵੇਗੀ ਇਹਨੂੰ ਪੁੱਛੋ ਸੰਦੀਪ ਟਰਾਂਸਪੋਰਟ ਮਾਧੋ ਕੇ ਟਰਾਂਸਪੋਰਟ ਨੇ ਕਿਰਪਾਨਾਂ ਰੱਖ ਕੇ ਉਹਨਾਂ ਦੇ ਬਿਜ਼ਨਸ ਖੋਏ ਢਾਬੇ ਤੱਕ ਨਹੀਂ ਛੱਡੇ ਇਹਨਾਂ ਲੋਕਾਂ ਨੇ ਇਹ ਇੰਨੇ ਭੁੱਖੜ ਨੇ ਸਮਝਦਾ ਨਹੀਂ ਹੈਂ ਹੀਰੋ ਸਾਈਕਲ ਵਾਲੇ ਮੈਂ ਕਹਿੰਦਾ ਤੂੰ ਗਲੀ ਗਲੀ ਪੁੱਛ ਹਵੇਲੀ ਵਾਲੇ ਇਹ ਉਹਨਾਂ ਤੋਂ ਪੱਤਾ ਲੈਂਦੇ ਸੀ ਜਿਵੇਂ ਬੋਨ ਬ੍ਰੈਡ ਭਰਾਵਾਂ ਢਾਬਾ ਹਵੇਲੀ ਹਵੇਲੀ ਮੈਂ ਕਹਿ ਰਿਹਾ ਲੱਕੀ ਢਾਬਾ ਇਹਨਾਂ ਦੇ ਆਪਦੇ ਉੱਥੇ ਢਾਬਿਆਂ ਤੋਂ ਪੈਸੇ ਲੈਂਦਾ ਜੀ ਇਹ ਨਵਜੋਤ ਸਿੰਘ ਸਿੱਧੂ ਅੱਜ ਫੇਰ ਦੌੜਾਂਦਾ ਕਿ ਨਵਾਂ ਪੰਜਾਬ ਸਿਰਜਾਂਗੇ ਨਵੀਂ ਸੋਚ ਲਿਆਵਾਂਗੇ ਔਰ ਮੈਂ ਤੁਹਾਨੂੰ ਅੱਜ ਫੇਰ ਪੰਜਾਬ ਮਾਡਲ ਦੀ ਗੱਲ ਕਰ ਰਿਹਾ ਮੈਂ ਪਹਿਲਾਂ ਕਿਹਾ ਸੀ ਰਾਹੁਲ ਜੀ ਨੇ ਉਹਨੂੰ ਦੁਹਰਾਇਆ ਕਿ ਨਹੀਂ ਦੁਹਰਾਇਆ ਦੱਸੋ ਮੈਂ ਮੇਰਾ ਲੀਡਰ ਮੇਰੇ ਲਈ ਇਸ ਤੋਂ ਵੱਡੀ ਕੋਈ ਫਖਰ ਦੀ ਗੱਲ ਨਹੀਂ ਕਿ ਮੇਰਾ ਲੀਡਰ ਨਵਜੋਤ ਸਿੰਘ ਸਿੱਧੂ ਦੀ ਗੱਲ ਨੂੰ ਆਪ ਕਹਿ ਕੇ ਗਿਆ ਇਹ ਮੇਰੇ ਲਈ ਸਭ ਤੋਂ ਵੱਡੀ ਫਖਰ ਦੀ ਗੱਲ ਔਰ ਮੈਂ ਤੁਹਾਨੂੰ ਅੱਜ ਫੇਰ ਕਹਿ ਰਿਹਾ ਸਰਕਾਰ ਲੋਕਾਂ ਦੇ ਦੁਆਰ ਜੋ ਰਾਹੁਲ ਜੀ ਨੇ ਕਿਹਾ ਸਰਕਾਰ ਲੋਕਾਂ ਦੇ ਦੁਆਰ 160 ਔਰ ਮੈਂ ਧਿਆਨ ਨਾਲ ਕਹਿ ਰਿਹਾ ਕਿਉਂਕਿ ਮੇਰਾ ਪੋਜ਼ਿਟਿਵ ਏਜੰਡਾ ਮੈਂ ਇਹਨਾਂ ਲੋਕਾਂ ਨੂੰ ਭਟਕਾਉਣ ਨਹੀਂ ਦਊਂਗਾ ਮੈਂ ਇਹਨਾਂ ਲੋਕਾਂ ਨੂੰ ਦੁਨੀਆਂ ਨੂੰ ਭਰਮਾਉਣ ਨਹੀਂ ਦਊਂਗਾ ਇਹ ਲਾਂਛਨ ਲਾ ਲਾ ਕੇ ਮੈਂ ਰਾਜਨੀਤੀ ਨਹੀਂ ਕਰੂੰਗਾ ਇਹ ਰਾਜਨੀਤੀ ਦੇ ਮਿਆਰ ਨੂੰ ਮੈਂ ਇੰਨਾ ਨਹੀਂ ਸਿੱਟ ਦੂੰਗਾ ਵੀ ਲੋਕਾਂ ਦੀਆਂ ਮਾਵਾਂ ਦੇ ਉੱਤੇ ਅਤੇ ਲੋਕਾਂ ਦੀਆਂ ਭੈਣਾਂ ਦੇ ਉੱਤੇ ਕਿੱਚੜ ਉਛਾਲੇ ਜਾਣ ਇਸ ਕਰਕੇ ਮੈਂ ਤੁਹਾਨੂੰ ਹੁਣ ਕਹਿ ਰਿਹਾ ਘਰੇ ਬੈਠੇ ਲੋਕਾਂ ਦੀ ਸਰਕਾਰ ਤੁਹਾਡੇ ਦੁਆਰ 160 ਸਰਵਿਸਿਸ ਜੇ ATM ਦੇ ਉੱਤੇ ਕੋਈ ਚੀਜ਼ ਔਨਲਾਈਨ ਅਪਲਾਈ ਹੋ ਸਕਦੀ ਹੈ ਕਿ ਐਮਾਜ਼ਨ ਫਲਿੱਪਕਾਰਟ ਦੇ ਉੱਤੇ ਉਸ ਤਰ੍ਹਾਂ ਹੀ ਡਿਲੀਵਰੀ ਆ ਸਕਦੀ ਹੈ ਅਤੇ ਫਿਰ ਮੈਨੂੰ ਇਹ ਦੱਸੋ ਬਰਥ ਸਰਟੀਫਿਕੇਟ ਡੈਥ ਸਰਟੀਫਿਕੇਟ ਲਾਇਸੈਂਸ ਡਰਾਈਵਿੰਗ ਲਾਇਸੈਂਸ ਪਰਮਿਟ ਬਿੱਲ ਕਲੈਕਸ਼ਨ ਰਾਸ਼ਨ ਕਾਰਡ ਕਿਉਂ ਔਨਲਾਈਨ ਨਹੀਂ ਹੋ ਸਕਦੇ ਸਿੱਧੂ ਜਵਾਨ ਦਿੰਦਾ ਕਿ ਜੇ ਕਾਂਗਰਸ ਦੀ ਸਰਕਾਰ ਆਈ ਤੇ ਐਤਕੀ ਤੁਸੀਂ ਸਰਕਾਰ ਕੋਲ ਨਹੀਂ ਆਉਂਗੇ ਸਰਕਾਰ ਤੁਹਾਡੇ ਦੁਆਰ ਆਏ ਪਰ ਉਹ ਕਹਿ ਰਹੇ ਨੇ ਬਾਰ ਬਾਰ ਇੱਕ ਫਲੋਪ ਮਾਡਲ ਦੀ ਚਰਚਾ ਕਹਿੰਦੇ ਨਵਜੋਤ ਸਿੰਘ ਸਿੱਧੂ ਫਲੋਪ ਮਾਡਲ ਦੀ ਚਰਚਾ ਕਰ ਰਹੇ ਆ ਬਾਰ ਬਾਰ ਕਹਿ ਰਹੇ ਆ ਇਹ ਲੋਕ ਫਲੋਪ ਨੇ ਉਹਦਾ ਪ੍ਰਮਾਣ ਹੈ ਵੀ ਇਹਨਾਂ ਕੋਲ 14 ਸੀਟਾਂ ਨੇ ਉਹ ਵੀ ਨਹੀਂ ਆਉਣੀਆਂ ਹੁਣ ਇਹ ਸ਼ਹਿਰਾਂ 'ਚ ਰੋਹ ਪਾਉਣ ਆਏ ਉਹ ਵੀ ਨਹੀਂ ਆਉਣੀਆਂ ਕਾਕਾ ਇਸ ਕਰਕੇ ਅਗਲੀ ਗੱਲ ਸੁਣ ਨੰਬਰ 2 ਸਿੱਧੂ ਸਾਹਿਬ ਮਾੜਾ ਨੰਬਰ ਤੇ ਚਾ ਦੋ ਨਾ ਭਾਈ ਲਾਈਵ ਚੱਲਦਾ ਪਿਆ ਸਾਰਾ ਹੀ ਖਾਮ ਹੋ ਗਿਆ ਅੰਮ੍ਰਿਤਸਰ ਦੇ ਇਨਕਲੂਡਿੰਗ ਉਦੋਂ ਰਾਹੁਲ ਜੀ ਵੀ ਕਹਿ ਕੇ ਗਏ ਅਸੀਂ 23 ਕਲਸਟਰ ਬਣਾਵਾਂਗੇ 23 ਕਲਸਟਰ 10 ਫੂਡ ਪਾਰਕ ਥੋੜਾ ਜਿਹਾ ਦਵਾ ਦੇ ਨਾ ਅੰਮ੍ਰਿਤਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਟੂਰਿਜ਼ਮ ਹੱਬ ਹੋਏਗਾ ਟੂਰਿਜ਼ਮ ਹੱਬ ਦੇ ਨਾਲ ਮੈਡੀਕਲ ਟੂਰਿਜ਼ਮ ਦਾ ਹੱਬ ਹੋਏਗਾ ਔਰ ਸਾਰੀ ਦੁਨੀਆ ਦੀ 4th ਮੋਸਟ ਵਾਂਟਡ ਡੈਸਟੀਨੇਸ਼ਨ ਜੋ ਅੱਜ ਵਿਕਾਸ ਦਾ ਸਰ ਹੈ ਇਹਨੂੰ 10 ਗੁਣਾ ਵਧਾਵਾਂਗੇ ਮੈਂ ਤੁਹਾਨੂੰ ਲਿਖ ਕੇ ਉਹ ਕਹਿੰਦੇ ਹੈਰੀਟੇਜ ਸਟਰੀਟ ਆਪਾਂ ਬਣਾਈ ਵਿਕਾਸ ਔਰ ਅੱਗੇ ਸੁਣ ਲੈ ਭਾਵੇਂ ਮੋਹਾਲੀ ਦੀ ਗੱਲ ਹੋਵੇ ਸਟਾਰਟਅਪ ਸਿਟੀ ਕੋਈ ਬੰਦਾ ਬਾਹਰ ਪੜ੍ਹਨ ਨਹੀਂ ਜਾਏਗਾ ਐਜੂਕੇਸ਼ਨ ਹੱਬ ਬਣਾਵਾਂਗੇ
और सब तो वड्डी चीज जिहड़ी असीं स्थापित कर रहे हैं होम बेस्ड इंडस्ट्री। होम बेस्ड इंडस्ट्री की जो मैं गल करदा अमृतसर के लोगों को बहुत हुनर है, बहुत कला है, और उस कला नू ना सिर्फ अमृतसर पूरे पंजाब दे विच 2 लाख तो 16 लाख का लोन होम बेस्ड इंडस्ट्री लई, चाहे वह हम ध्यान ना सुन लो, चाहे क्लाउड किचन होवे 2 लाख, चाहे ऑनलाइन सेल होवे, चाहे ई कमर्स होवे, चाहे वर्चुअल असिस्टेंस होवे, चाहे डिजाइनिंग होवे, ट्यूटरिंग होवे, आर्ट एंड क्राफ्ट होवे, निटिंग होवे, 2 लाख तो 16 लाख का होम बेस्ड इंडस्ट्री घरे बैठे इंडस्ट्री चला सकता है। नौकरी मंगने की लोड़ नहीं, नौकरी देने वाला बनावांगे। मैं तुम्हें गारंटी देना इस गल की, ये नवजोत सिंह सिद्धू की जबान है, अफसरशाही तो मुक्ति शहर। मैं तुम्हें कहना इंस्पेक्टर राज तो शहर का छोटा व्यापारी मुक्त होगा। जाओ मैं तुम मार्केट के देना ठोक के कहना। और जिन्ना वैट वाला हिसाब किताब जो उन्होंने है वैट के जो रिफंड ने, मैं कहना यह 12-14 चीजा ने मैं सारिया मैनीफेस्टो के पाइया ने। ऐतकी वड्डे व्यापारी नूं असी बिजली भी जिथों हिंदुस्तान सस्ती मिलती है वो लैण की इजाजत देवे और ट्रांसमिशन नाल करांगे। लॉ एंड ऑर्डर की गल कर, CCTV की गल कर, इन्हां दी बेअदबी मैं कहना अज तुहानूं लिख के दिना हर गली च हर थां दे उत्ते CCTV होएगा। ये गैंगवारां बंद होणगियां और ये पहलां नालों वध सुरक्षित असी पंजाब देंगे। अर्बन इंप्लॉयमेंट गरंटी मिशन मैं पहले अनाउंस कर चुका भी 5 लाख नौकरी सैमी स्किल्ड होवे, स्किल्ड होवे, अनस्किल्ड होवे, 380 तो घट कोई नहीं लेगा, 380, 420, 460। औरतों के लिए मैं पहले ही अनाउंस कर चुका कि मेरी रेकमेंडेशन यह है भी 2000 रुपये तो वो 8 सिलेंडर फ्री। जड़ी गृहिणी है उन्हें सिर ते ताज, जड़ियाँ पढ़दियाँ ने कुड़ियाँ 5वीं, 10वीं, 12वीं जदों करेगी उन्होंने 5000, 10000 के नाल कंप्यूटर टैबलेट और ये सब चीज़ा। हूँ इस रेकमेंडेशन दे विचों की एक्सैप्ट हुंदा है मेरे हिसाब के नाल, उस दिन जो राहुल जी ने अनाउंसमेंटा कीतियाँ सब कुछ ही एक्सैप्टड है। और तुम्हें अज लिख के देना 5 लाख रुपये का बीमा होगा हरेक बंदे का, 20 लाख रुपये का सरकारी हस्पताल के, अगर इलाज फ्री ना हो तो सिद्धू राजनीति छोड़ देंगे। सिद्धू साहब पर तुम्हारे मॉडल नू हर यार तू मेरी गल सुन, एक सरकार दे विच कौन राज करदा रहा, ये 2 बंदे राज करदे रहे। कौन कौन सरकारा च? एक इहदा चाचू कौन? ओ जिहड़ा बैठा पटियाले कुंडियां मुछण वाला, पीड़ी पजामी जिहड़ा जिहनूं जिहनूं भुवंद कहिंदे उहनूं हेड़ा मैनूं नां नहीं सी पतागा, चोरां दा जनानियां नूं इज्जत नहीं दित्ती गई। ਮਾਫੀਆ ਦਾ ਪਾਰਟਨ ਪਾਰਸਲ ਨਾ ਹੋਇਆ ਔਰ ਸਾਡੇ ਚ ਕੋਈ ਹੈ ਨਹੀਂ ਹੁਣ
ਪ੍ਰਧਾਨਗੀ ਨੂੰ ਤਿੰਨ ਚਾਰ ਮਹੀਨੇ ਹੋਏ ਆ ਹਜੇ ਤਾਂ ਤੁਸੀਂ ਟ੍ਰੇਲਰ ਦੇਖਿਆ ਫਿਲਮ ਦੇਖਣੀ ਆ ਬਈ ਦੇਖੀ ਚੱਲਦੀ ਕਹੇ ਜੀ ਆ ਪਹਿਲੀ ਫਿਲਮ ਦੇ ਵਿੱਚ ਇਹਦੇ ਤੇ ਬਲੈਂਕ ਆ ਪਹਿਲਾਂ ਤੇ ਦੇਖਿਆ ਨੀ ਸੀ फुटे हुए दड़ी दुड़ी मच गई काला मूह परमात्मा देखता है इन्हों मैं लास्ट एंड कर लगया सिद्धू साहब साडे सवाल ले लो प्लीज सिद्धू साहब दो दो सीट से नहीं आ रहे सिद्धू तड़ा दे को तड़ा जी मैं कहना कोई तड़ा कांग्रेस नु दुनिया कोई नहीं हरा सकदा कांग्रेस ते आपदे आप नु हराले हराले कोई नहीं मुद्दे दसी ओ कहंदे के तड़े बंदे पज पज के मेरे को आ रहे है हां जी जेड़े आ रहे है ओ कहंदे आज भी मुद्दल तो आ रहे ने जी जेड़े भी आ रहे है मैं तो कह रहा हां ओ तड़े यार ओनु कह एनु कह तू बंदा को करना है एवें जी धर्म संस्थापना संभवानी युगे युगे ए सुन ला की कह रहा।